सी देख रहे हो सांझ टीवी न्यूज पोर्टल। नाभा जे भैन भरा दे रिश्तियां चे एक वड्डा टकराव देखण नूं मिलिया, जिथे भैन दे दूजे व्याह तों ना खुश सके भरा ने तेजधार हथियार नाल अपनी भैन दी गर्दन ते शरीर ते कई वार करके उसनूं बुरी तरह नाल जख्मी कर दिता। ਅਤੇ ਹਮਲੇ ਤੋਂ ਬਾਅਦ ਆਰੋਪੀ ਭਰਾ ਆਪਣੇ ਭਾਣਜੇ ਤੇ ਭਾਣਜੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਉੱਥੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਕੁਲਦੀਪ ਕੌਰ ਨਾਂ ਦੀ ਔਰਤ ਨੇ ਕੁਝ ਦਿਨ ਪਹਿਲਾਂ ਹੀ ਦੂਸਰਾ ਵਿਆਹ ਕੀਤਾ ਸੀ ਅਤੇ ਪਹਿਲੇ ਵਿਆਹ ਤੋਂ ਦੋ ਬੱਚਿਆਂ ਸਮੇਤ ਆਪਣੇ ਨਵੇਂ ਪਤੀ ਨਾਲ ਕਿਰਾਏ ਦੇ ਮਕਾਨ ਤੇ ਰਹਿੰਦੀ ਸੀ ਤੇ ਅਚਾਨਕ ਉਸਦੇ ਭਰਾ ਨੇ ਉਸਦੇ ਘਰ ਆ ਕੇ ਆਪਣੀ ਭੈਣ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਸਪਤਾਲ 'ਚ ਜੇਰੇ ਇਲਾਜ ਕੁਲਦੀਪ ਕੌਰ ਨੇ ਦੱਸਿਆ ਕਿ ਉਸਦਾ ਭਰਾ ਪਹਿਲਾਂ ਵੀ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। ਕੁਲਦੀਪ ਕੌਰ ਆ ਜੀ, ਭਾਈ ਦਾ ਨਾਮ ਸਤਨਾਮ ਸਿੰਘ ਆ ਜੀ, ਆਪਣਾ ਬਣਾ ਗੇਟ ਗੁਰਦੁਆਰੇ ਦੀ ਬਾਈਕ ਛੱਡ ਜੀ। ਮੈਂ ਜੀ ਆਪਦੇ ਦੂਜਾ ਵਿਆਹ ਕਰਾਇਆ ਜੀ, ਉਹ ਬੇਟੀ ਮੰਗਦਾ ਸੀ, ਮੈਂ ਦਿੱਤੀ ਨਹੀਂ ਜੀ। ਮੈਨੂੰ ਕਹਿੰਦਾ, ਮੈਂ ਉਹਨੂੰ ਕਿਹਾ ਮੈਂ ਤੇਰੀ ਭੂਆ ਨੂੰ ਬੁਲਾ ਲਿਆ, ਉਹ ਦੋਵੇਂ ਭੈਣ ਭਾਈ ਭੂਆ ਨੂੰ ਬੁਲਾਉਣ ਗਏ ਜੀ, ਜਾਣ ਨਹੀਂ ਦਿੱਤਾ ਉਹਨਾਂ ਨੂੰ। ਬਸ ਗੁਸਲਖਾਨੇ ਲਪੇਟਾ ਘੁੰਮਣਿਆ ਹੋਈ ਮੋਟਰਸਾਈਕਲ 'ਤੇ ਜੀ, ਬਸ ਮਾਰੇ ਜੀ, ਨਸ਼ਾ ਕੀਤਾ ਹੋਇਆ ਸੀ ਜੀ। ਕਿੰਨੇ ਬੱਚੇ? ਬੇਟਾ ਬੇਟੀ ਆ ਜੀ। ਨਾਲ ਲੈ ਕੇ ਲੈ ਗਿਆ ਜੀ ਜ਼ਬਰਦਸਤੀ। ਕਿੰਨੀ ਉਮਰ ਉਹਨੂੰ ਬੱਚੇ? ਕਿਹਦੀ ਜੀ? ਬੱਚਿਆਂ ਦੀ? ਬੇਟੀ 12 ਸਾਲਾਂ ਦੀ ਆ, ਬੇਟਾ 10 ਸਾਲਾਂ ਦਾ ਜੀ। ਮੇਰਾ ਨਾਮ ਕੁਲਦੀਪ ਕੌਰ ਆ ਜੀ। ਵਿਆਹ ਕਦ ਕਰਾ? 22 ਦਿਨ ਹੋਣਗੇ ਸਰ, ਆ ਸ਼ਨੀਵਾਰ ਨੂੰ ਜੀ। ਬੱਚੇ ਤੁਹਾਡੇ ਨਾਲ ਤੇ? ਮੇਰੇ ਬੱਚੇ ਪਿਛਲੇ ਦਿਨ ਜੀ। ਪਹਿਲਾਂ ਵਿਆਹ ਜੀ ਫੁੰਮ ਨਾਲ ਹੋਇਆ ਸੀ। ਹਾਂਜੀ। ਹੁਣ ਨਾਭੇ ਕਰਾਇਆ? ਹਾਂਜੀ, ਪਿੰਡ ਕਾਕੜਾ। ਕਾਕੜੇ ਕਰਾਇਆ? ਹਾਂਜੀ। ਤੁਹਾਡਾ ਘਰ ਵਾਲੇ ਸੀ ਪਹਿਲੇ? ਹੁਣ ਵਾਲੇ ਜਿਹੜਾ ਮਾਰ ਕੇ ਗਿਆ ਤੁਹਾਨੂੰ? ਨਹੀਂ ਜੀ, ਮੇਰਾ ਭਾਈ ਸੀ ਜੀ, ਸਤਨਾਮਾ। ਭਰਾ ਮਾਰ ਕੇ ਗਿਆ? ਹਾਂਜੀ। ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਖਮੀ ਔਰਤ ਦੀ ਹਾਲਤ ਬਹੁਤ ਖਰਾਬ ਹੈ ਅਤੇ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ। ਗੁਰਦੁਆਰੇ ਦੇ ਕੋਲ ਸੀਗੇ ਜ਼ਖਮੀ ਹਾਲਤ ਸੀਗੇ, ਕਾਫੀ ਸੱਟਾਂ ਲੱਗੀਆਂ ਹੋਈਆਂ ਨੇ, ਇਸ ਵਾਰ ਸੂਚਰ ਤਾਂ ਕਰ ਦਿੱਤਾ ਪਰ ਫਰਦਰ ਇਨਵੈਸਟੀਗੇਸ਼ਨ ਕਰਨੀ ਪਏਗੀ ਕਿ ਕਿੰਨੀ ਕੁ ਡੀਪ ਸੀਗੇ, ਕੋਈ ਅੰਦਰ ਇੰਜਰੀ ਤਾਂ ਨਹੀਂ ਹੋਈ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਹਿ ਸਕਦੇ। ਹੁਣ ਪੇਸ਼ੈਂਟ ਕੁਛ ਹੱਦ ਤੱਕ ਠੀਕ ਹੈ ਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਬਾਕੀ ਪਤਾ ਲੱਗੇਗਾ। ਗਲੇ ਦੇ ਪਿੱਛੇ ਨੇ, ਬਾਂਹ ਤਾਂ ਲੱਗੇ ਹੋਏ ਨੇ, ਗਲੇ ਦੇ ਪਿੱਛੇ ਡੀਪ ਸੀਗੇ, ਬਾਕੀ ਡੈਪਥ ਜੋ ਹੈ ਫਿਰ ਉਹ ਇਨਵੈਸਟੀਗੇਟ ਕਰਕੇ ਇੰਜਰੀ ਕਿੰਨੀ ਹੋਈ ਉਹ ਫਿਰ ਹੀ ਪਤਾ ਲੱਗੇਗਾ ਆਪਾਂ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।